हेलो फ्रेंड्स, वेलकम बैक टू माय चैनल ओनली हेल्थ। ते तुहाडा सारेयां दा स्वागत है। ते अज असीं गल करन जा रहे हां कोडीफ्रेश डी एक्स सिरप दे बारे विच, जेडी के एक खांसी दी सिरप है, खांसी विच काम आउंदी आ। ते सब तो पहला मैं तुहानू कहना चाहुंदी हां, जिन्हां ने हजे तक भी मेरे चैनल नू सबसक्राइब नहीं कीता है, ओ प्लीज़ मेरे चैनल नू सबसक्राइब कर लो, ਤਾਂ ਕਿ ਜਿਹੜੀਆਂ ਵੀ ਤੁਹਾਨੂੰ ਮਤਲਬ ਕਿ ਮੈਡੀਸਿਨਸ ਦੀ ਜਾਣਕਾਰੀ ਦੀ ਲੋੜ ਹੋਵੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਤੁਸੀਂ ਇਸ ਦਾ ਲਾਭ ਉਠਾ ਸਕੋ। ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੋਡੀਫਰੈਸ਼ ਡੀ ਐਕਸ ਸਿਰਪ ਦੇ ਬਾਰੇ ਵਿੱਚ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਿਹੜਾ ਕੋਡੀਫਰੈਸ਼ ਡੀ ਐਕਸ ਸਿਰਪ ਹੈ, ਇਹਦੇ ਵਿੱਚ ਆਪਣੇ ਕੋਲ ਕਿਹੜੇ ਕਿਹੜੇ ਸੋਲਟ ਪਾਏ ਜਾਂਦੇ ਨੇ। ਅਤੇ ਜਿਹੜੇ ਸੋਲਟ ਪਾਏ ਜਾਂਦੇ ਨੇ ਉਹ ਹੈ ਜੀ ਡੈਕਸਟ੍ਰੋਮੀਥੋਰਫਿਨ, ਹਾਈਡਰੋਕਲੋਰਾਈਡ, ਫਿਨਾਇਲਫੈਰੀਨ ਹਾਈਡਰੋਕੋਲਾਈਡ, ਕਲੋਰਫੈਨੀਡੇਮਾਈਨ ਮੈਲੀਏਟ। ਸੋ ਇਹ ਤਿੰਨ ਸੋਲਟ ਹੈ ਜਿਹੜੇ ਇਹਦੇ ਵਿੱਚ ਮੇਨਲੀ ਪਾਏ ਜਾਂਦੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂ ਡੈਕਸਟ੍ਰੋਮੀਥੋਰਫਿਨ ਹਾਈਡਰੋਕੋਲਾਈਡ ਹੈ ਜਿਹੜਾ ਉਹ 15 mg ਹੁੰਦਾ ਹੈ, ਅਤੇ ਫਿਨਾਇਲਫੈਰੀਨ ਹਾਈਡਰੋਕੋਲਾਈਡ ਜਿਹੜਾ 5 mg ਹੁੰਦਾ ਹੈ, ਅਤੇ ਕਲੋਰੋਫੈਨੀਡੇਮਾਈਨ ਮੈਲੀਏਟ ਹੈ ਜਿਹੜਾ ਉਹ 2 mg ਹੁੰਦਾ ਹੈ। ਜਿਹੜੇ ਤਾਂ ਡੈਕਸਟ੍ਰੋਮੀਥੋਰਫਿਨ ਹਾਈਡਰੋਕੋਲਾਈਡ ਐਂਡ ਕਲੋਰਫੈਨੀਰੇਮਾਈਨ ਮੈਲੀਏਟ ਹੈ, ਇਹ ਦੋਵੇਂ ਕੀ ਕੰਮ ਕਰਦੇ ਨੇ? ਇਹ ਕਰਦੇ ਨੇ ਜਿਵੇਂ ਗਲੇ 'ਚ ਇਨਫੈਕਸ਼ਨ ਹੋ ਜਾਂਦੀ ਆ, ਇਨਫੈਕਸ਼ਨ ਇਨ ਦਾ ਸੈਂਸ ਜਿਵੇਂ ਗਲੇ 'ਚ ਕੋਈ ਜ਼ਖਮ ਹੋ ਜਾਂਦਾ, ਜਿਵੇਂ ਟੌਨਸਲ ਹੋ ਜਾਂਦੇ ਨੇ, ਅਤੇ ਖਾਂਸੀ ਬਹੁਤ ਜ਼ਿਆਦਾ ਆ ਰਹੀ ਹੁੰਦੀ ਆ, ਐਲਰਜੀ ਹੋ ਜਾਂਦੀ ਆ ਸਾਡੇ ਗਲੇ 'ਚ, ਸਾਨੂੰ ਖਾਂਸੀ ਫੀਲ ਹੁੰਦੀ, ਬਹੁਤ ਜ਼ਿਆਦਾ ਖਾਂਸੀ ਆਉਂਦੀ, ਸੁੱਕੀ ਖਾਂਸੀ ਆ ਰਹੀ ਹੁੰਦੀ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਸਾਰਾ ਮਤਲਬ ਗਲੇ 'ਚ ਇੱਦਾਂ ਲੱਗਦਾ ਜਿਵੇਂ ਜਾਮ ਹੋ ਗਿਆ ਹੁੰਦਾ, ਸਾਰਾ ਕੁਛ ਜਕੜ ਹੋ ਗਿਆ ਹੁੰਦਾ ਹੈ, ਐਵੇਂ ਲੱਗਦਾ। ਬਹੁਤ ਪ੍ਰੋਬਲਮ ਹੁੰਦੀ ਹੈ, ਬਹੁਤ ਜ਼ਿਆਦਾ ਬੁਰੀ ਹਾਲਤ ਹੁੰਦੀ ਹੈ, ਗਲੇ 'ਚ ਟਾਈਟਨੈਸ ਬਹੁਤ ਜ਼ਿਆਦਾ ਫੀਲ ਹੁੰਦੀ ਆ, ਉਸ ਟਾਈਮ ਮਤਲਬ ਕਿ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਵਧੀਆ ਆ ਡਰਾਈ ਕਫ ਦੇ ਲਈ, ਬਹੁਤ ਜ਼ਿਆਦਾ ਵਧੀਆ ਚੀਜ਼ ਆ। ਅਤੇ ਜਿਹੜੇ ਦੋਵੇਂ ਫਸਟ ਅਤੇ ਥਰਡ ਜਿਹੜਾ ਸੋਲਟ, ਫਸਟ ਵਾਲਾ ਡੈਕਸਟ੍ਰੋਮੀਥੋਰਫਿਨ ਕਲੋਰਫੈਨੀਡੇਮਾਈਨ, ਇਹ ਦੋਵੇਂ ਜਿਹੜੇ ਹੈ ਇਸ ਮਤਲਬ ਕਿ ਇੱਕ ਤਰ੍ਹਾਂ ਨਾਲ ਕੋਲਡ ਅਤੇ ਖਾਂਸੀ ਦੋਨਾਂ ਵਿੱਚ ਕੰਮ ਕਰਦੇ ਨੇ। ਜਿਵੇਂ ਤੁਹਾਡਾ ਨੱਕ ਵੀ ਵਗਦਾ ਹੋਵੇ ਉਸ ਲਈ ਵੀ ਇਹ ਕੰਮ ਕਰਦੇ ਨੇ, ਮਤਲਬ ਕਿ ਇਹ ਬਹੁਤ ਹੀ ਜ਼ਿਆਦਾ ਵਧੀਆ ਹੈ। ਅਤੇ ਜਿਹੜਾ ਵਿੱਚ ਵਾਲਾ ਸਾਲਟ ਆ ਫਿਨਾਇਲਫੈਨੀਡੇਮਾਈਨ ਹਾਈਡਰੋਕਲੋਰਾਈਡ ਆ, ਇਹ ਕੰਮ ਕਰਦਾ ਆ ਜਿਵੇਂ ਤੁਹਾਡੀ ਚੈਸਟ ਟਾਈਟ ਹੋ ਜਾਂਦੀ ਆ, ਜਿਵੇਂ ਤੁਹਾਡੇ ਮਤਲਬ ਕਿ ਚੈਸਟ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਆ ਖਾਂਸੀ ਕਰਕੇ, ਤੁਹਾਨੂੰ ਬਰੀਥ ਨਹੀਂ ਆ ਰਹੀ ਹੈ, ਤੁਹਾਨੂੰ ਸਾਹ ਦੀ ਦਿੱਕਤ ਆ ਰਹੀ ਹੈ, ਇਹ ਉਸ 'ਤੇ ਵਰਕ ਕਰਦਾ ਆ। ਸੋ ਇਹ ਤਿੰਨੋਂ ਮਿਲ ਕੇ ਮਤਲਬ ਕਿ ਮੇਨ ਰੀਜ਼ਨ ਇਹੀ ਹੈ ਕਿ ਮਤਲਬ ਤੁਹਾਡੇ ਜਿਵੇਂ ਤੁਹਾਡਾ ਸੀਨੇ 'ਚ ਜਕੜਨੈਸ ਹੋਈ ਹੈ, ਤੁਹਾਡੇ ਗਲੇ 'ਚ ਇਨਫੈਕਸ਼ਨ ਹੋਈ ਹੋਈ ਆ, ਖਾਂਸੀ ਹੋਈ ਹੋਈ, ਡਰਾਈ ਕਫ ਹੋ ਰਿਹਾ ਆ, ਉਹਦੇ ਲਈ ਤੁਹਾਨੂੰ ਮਤਲਬ ਕਿ ਇਹ ਵਰਕ ਕਰੇਗੀ ਕੋਡੀਫਰੈਸ਼ ਡੀ ਐਕਸ। ਅਤੇ ਅੱਗੇ ਗੱਲ ਕਰਦੇ ਹਾਂ ਜੀ, ਜਿਵੇਂ ਮਤਲਬ ਕਿ ਇਹਦੀ ਕਿਹੜੀ ਕੰਪਨੀ ਦੀ ਪ੍ਰੋਡਕਸ਼ਨ ਹੈ, ਇਹਦੀ ਹੈਗੀ ਜੀ ਸਮਾਰਟ ਲੈਬੋਰਟਰੀਜ਼ ਪ੍ਰਾਈਵੇਟ ਲਿਮਿਟਿਡ, ਜਿਹਦੇ ਕਿ ਰਿਜ਼ਲਟ ਬਹੁਤ ਅੱਛੇ ਹੁੰਦੇ ਆ। ਸੋ ਅੱਗੇ ਇਹਦੀ ਜਿਹੜੀ ਸਾਡੇ ਕੋਲ ਪੈਕਿੰਗ ਆ ਜੀ, ਤੁਸੀਂ ਜਿਵੇਂ ਦੇਖ ਸਕਦੇ ਹੋ 100 ml ਪੈਕਿੰਗ ਆ, ਪਰ ਸਾਡੇ ਇਹਦੀਆਂ ਦੋ ਤਰ੍ਹਾਂ ਦੀਆਂ ਪੈਕਿੰਗਸ ਆਉਂਦੀਆਂ ਨੇ। ਇਹ ਸਾਡੇ ਕੋਲ ਜਿਹੜੀ ਆ ਇਹ 100 ml ਆ, ਅਤੇ ਇੱਕ ਪੈਕਿੰਗ ਜਿਹੜੀ ਆਉਂਦੀ ਆ ਇਸ ਤੋਂ ਘੱਟ ਆਉਂਦੀ ਆ, 60 ml ਵਿੱਚ ਵੀ ਇਹਦੀ ਪੈਕਿੰਗ ਆਉਂਦੀ ਆ। ਅਤੇ 100 ml ਦੀ ਜਿਹੜੀ ਪੈਕਿੰਗ ਹੈ ਇਹਦਾ ਪ੍ਰਾਈਸ ਸਾਡੇ ਕੋਲ ਹੈਗਾ ਹੈ ਜੀ 100 rupees, ਅਤੇ ਜਿਹੜੀ 60 ml ਆਉਂਦੀ ਆ ਉਹਦਾ ਹੋ ਉਹਦਾ 50-55 ਇੱਥੇ ਤੱਕ ਹੋ ਸਕਦਾ ਉਹਦਾ ਪ੍ਰਾਈਸ। ਅਤੇ ਬਾਕੀ ਗੱਲ ਕਰੀਏ ਮਤਲਬ ਕਿ ਇਹਨੂੰ ਕਿਵੇਂ ਇਹਦਾ ਲੈਣਾ ਆ, ਕਿਵੇਂ ਇਹਦੀ ਡੋਜ਼ ਲੈਣੀ ਆ, ਅਤੇ ਇਹਦੀ ਡੋਜ਼ ਤੁਸੀਂ 2 times ਲੈ ਸਕਦੇ ਹੋ, ਖਾਣਾ ਖਾਣ ਤੋਂ ਬਾਅਦ ਸਵੇਰੇ ਸ਼ਾਮ। ਅਤੇ ਇਹਨੂੰ ਮਤਲਬ ਇਹਦੇ ਉੱਪਰ ਇੱਕ ਨਾ ਤੁਹਾਨੂੰ ਦੱਸਾਂ, ਇਹ ਦਿੱਤਾ ਹੋਇਆ ਆ ਢੱਕਣ, ਅਤੇ ਇਹਦੇ ਵਿੱਚ ਮਤਲਬ ਕਿ ਨਾ ਇਹਦੀ ਉਹ ਰੀਡਿੰਗ ਦਿੱਤੀ ਹੋਈ ਆ ਕਿ 9 ml ਆ, ਤੁਸੀਂ ਦੇਖ ਸਕਦੇ ਹੋ ਜਿਵੇਂ 2.5 ml, 5 ml, 7.5 ml, 10 ml। ਤੁਸੀਂ ਜਿਹੜੇ ਅਡਲਟ ਹੈ ਮਤਲਬ ਇਹ ਉਹੀ ਯੂਜ਼ ਕਰਦੇ ਨੇ ਇਹਨੂੰ ਦਵਾਈ ਨੂੰ, ਅਤੇ ਉਹਨਾਂ ਨੇ ਇਹਨੂੰ ਮਤਲਬ ਜਿਹੜੀ ਕੋਡੀਫਰੈਸ਼ ਡੀ ਐਕਸ ਹੈ ਇਹਨੂੰ 7.5 ml ਤੋਂ 10 ml ਤੱਕ 2 times ਲੈ ਸਕਦੇ ਹੋ ਤੁਸੀਂ ਇਹਨੂੰ ਖਾਣਾ ਖਾਣ ਤੋਂ ਬਾਅਦ। ਅਤੇ ਬਾਕੀ ਰਹੀ ਗੱਲ ਡਿਪੈਂਡ ਤੁਹਾਡੀ ਕੰਡੀਸ਼ਨ 'ਤੇ ਕਿ ਤੁਹਾਡੀ ਕਿਹੋ ਜਿਹੀ ਖਾਂਸੀ ਹੈ, ਤੁਹਾਨੂੰ ਬਹੁਤ ਜ਼ਬਰਦਸਤ ਖਾਂਸੀ ਹੋਈ ਹੋਈ ਹੈ, ਤੁਹਾਨੂੰ ਬਹੁਤ ਟਾਈਮ ਦੀ ਖਾਂਸੀ ਹੋਈ ਹੋਈ ਹੈ, ਤੁਸੀਂ ਧਿਆਨ ਨਹੀਂ ਦਿੱਤਾ। ਸੋ ਇਹ ਡਾਕਟਰ ਦੀ ਸਲਾਹ ਦੇ ਅਕੋਰਡਿੰਗ 3 times ਵੀ ਦਿੱਤੀ ਜਾ ਸਕਦੀ ਆ। ਬਾਕੀ ਇਹ ਹੁੰਦਾ ਆ ਜਿਵੇਂ ਮੈਂ ਤੁਹਾਨੂੰ ਦੱਸਾਂ ਕਿ ਮੈਡੀਸਨ ਤਾਂ ਮੇਨ ਇਹਨਾਂ ਦਾ ਸਿਰਪ ਦਾ ਹੁੰਦਾ ਹੈ ਕਿ ਤੁਹਾਡੇ ਵਜ਼ਨ ਦੇ ਅਕੋਰਡਿੰਗ, ਤੁਹਾਡੇ ਵੇਟ ਦੇ ਅਕੋਰਡਿੰਗ, ਅਤੇ ਤੁਹਾਡੀ ਹਾਈਟ ਕੰਡੀਸ਼ਨ ਦੇ ਅਕੋਰਡਿੰਗ ਹੀ ਮਤਲਬ ਕਿ ਇਹ ਉਸ ਅਕੋਰਡਿੰਗ ਇਹਦੀ ਡੋਜ਼ ਵਧਾਈ ਜਾਂ ਘਟਾਈ ਜਾਂਦੀ ਆ। ਸੋ ਇਹ ਤੁਸੀਂ ਸਮਝ ਗਏ ਹੋਵੋਗੇ ਕਿ ਇਹਦੀ ਡੋਜ਼ 2 times ਲੈਣੀ ਆ ਖਾਣਾ ਖਾਣ ਤੋਂ ਬਾਅਦ। ਬਾਕੀ ਰਹੀ ਗੱਲ ਡਾਕਟਰ ਦੀ ਸਲਾਹ ਲਵੋ,
ਅਤੇ ਉਹ ਜੇ ਤੁਹਾਨੂੰ ਤੁਹਾਡੀ ਕੰਡੀਸ਼ਨ ਜ਼ਿਆਦਾ ਖਰਾਬ ਹੈ ਤਾਂ ਤੁਹਾਨੂੰ ਉਸ ਅਕੋਰਡਿੰਗ ਇਹਦੀ ਡੋਜ਼ ਵੱਧ ਘੱਟ ਕਰ ਸਕਦੇ ਨੇ ਜਾਂ 3 ਟਾਈਮ ਵੀ ਕਰ ਸਕਦੇ ਨੇ। ਬਾਕੀ ਅੱਗੇ ਗੱਲ ਕਰੀਏ ਇਹਦੇ ਮਤਲਬ ਕਿ ਸਾਈਡ ਇਫੈਕਟ ਦੀ, ਇਹਦੇ ਸਾਈਡ ਇਫੈਕਟ ਕੀ ਹੋ ਸਕਦੇ ਨੇ। ਇਹਦੇ ਸਾਈਡ ਇਫੈਕਟ 'ਚ ਹੁੰਦਾ ਆ ਜਿਵੇਂ ਤੁਸੀਂ ਮਤਲਬ ਕਿ ਇਹਨੂੰ ਜ਼ਿਆਦਾ ਲੈ ਲੈਂਦੇ ਹੋ ਜਾਂ ਇਹਨੂੰ ਗਲਤ ਤਰੀਕੇ ਨਾਲ ਖਾਣਾ ਖਾਣ ਤੋਂ ਪਹਿਲਾਂ ਲੈ ਲੈਂਦੇ ਹੋ, ਬਾਅਦ 'ਚ ਲੈਂਦੇ ਹੋ, ਪਹਿਲਾਂ ਲੈ ਲੈਂਦੇ ਹੋ ਜਾਂ ਕਿਸੇ ਵੀ ਗਲਤ ਟਾਈਮ 'ਤੇ ਲੈ ਲੈਂਦੇ ਹੋ। ਖਾਣਾ ਖਾਣ ਤੋਂ ਵੀ ਅੱਧਾ ਘੰਟਾ ਬਾਅਦ ਹੀ ਲਓ ਤਾਂ ਚੰਗੇ ਰਵੋਂਗੇ। ਜੇ ਤੁਸੀਂ ਇਹਨੂੰ ਗਲਤ ਟਾਈਮ 'ਤੇ ਲਓਗੇ ਤਾਂ ਇਹਦਾ ਸਾਈਡ ਇਫੈਕਟ ਕਰੇਗਾ। ਸਾਈਡ ਇਫੈਕਟ 'ਚ ਇਹਦੇ 'ਚ ਕੀ ਆਉਂਦਾ ਹੈ ਜੀ, ਸਾਈਡ ਇਫੈਕਟ 'ਚ ਆਉਂਦਾ ਹੈ ਜਿਵੇਂ ਮਤਲਬ ਕਿ ਤੁਹਾਨੂੰ ਉਲਟੀ ਆਉਣਾ, ਵੋਮਿਟਿੰਗ ਹੋਣਾ, ਤੁਹਾਡੇ ਪੇਟ ਵਿੱਚ ਦਰਦ ਸ਼ੁਰੂ ਹੋ ਜਾਣਾ, ਜਾਂ ਫਿਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮਤਲਬ ਕਿ ਦਿੱਕਤ ਹੋਣਾ, ਜਿਵੇਂ ਤੁਹਾਨੂੰ ਨੀਂਦ ਨਾ ਆ ਪਾਉਣਾ, ਇਹੋ ਜਿਹੀਆਂ ਦਿੱਕਤ ਇਹਦੇ ਵਿੱਚ ਆਉਂਦੀਆਂ ਨੇ, ਮਤਲਬ ਇਹਦੇ ਸਾਈਡ ਇਫੈਕਟ ਹੁੰਦੇ ਨੇ। ਤੁਹਾਡਾ ਸਿਰ ਫੜ ਹੋ ਜਾਣਾ, ਤੁਹਾਨੂੰ ਨੀਂਦ ਨਾ ਪਾਉਣਾ, ਤੁਹਾਨੂੰ ਵੋਮਿਟਿੰਗ ਆਉਣਾ, ਤੁਹਾਨੂੰ ਨੋਜ਼ੀਆ ਦਾ ਲੱਗਣਾ, ਤੁਹਾਡਾ ਪੇਟ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਣੀ, ਜਾਂ ਤਾਂ ਤੁਹਾਡਾ ਦਸ ਲੱਗਣਗੇ, ਜਾਂ ਤੁਹਾਨੂੰ ਕੋਨਸਟੀਪੇਸ਼ਨ ਹੋ ਜਾਵੇਗੀ, ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ। ਜਾਂ ਫਿਰ ਕਈਆਂ ਨੂੰ ਕੀ ਹੁੰਦਾ ਹੈ ਕਿ ਕਈ ਕਹਿ ਰਹੇ ਕਿ ਮੇਰਾ ਸਰੀਰ ਨਹੀਂ ਸਾਥ ਨਹੀਂ ਦੇ ਰਿਹਾ, ਕੰਮ ਨਹੀਂ ਕਰ ਪਾ ਰਿਹਾ, ਮਤਲਬ ਉਹਨਾਂ ਨੂੰ ਨੀਂਦ ਜ਼ਿਆਦਾ ਆਉਂਦੀ ਆ। ਸੋ ਇਹਦੀ ਮਤਲਬ ਇਹ ਹੋ ਜਾਂਦਾ ਕਿ ਡੋਜ਼ ਦੇ ਅਕੋਰਡਿੰਗ ਡੋਜ਼ ਵੱਧ ਘੱਟ ਲਈ ਜਾਂਦੀ ਹੈ, ਤਾਂ ਫਿਰ ਇਹਦੇ ਸਾਈਡ ਇਫੈਕਟ ਹੋਣੇ ਵੀ ਸ਼ੁਰੂ ਹੋ ਜਾਂਦੇ ਨੇ। ਬਾਕੀ ਜੇ ਤੁਹਾਨੂੰ ਇਹੋ ਜਿਹਾ ਕੁਛ ਲੱਗਦਾ ਆ ਤਾਂ ਆਪਣੇ ਡਾਕਟਰ ਨੂੰ ਦੱਸੋ, ਤਾਂ ਇਹਨੂੰ ਬੰਦ ਕਰੋ ਲੈਣਾ, ਡਾਕਟਰ ਤੁਹਾਡੀ ਚੇਂਜ ਵੀ ਕਰ ਸਕਦੇ ਨੇ। ਬਾਕੀ ਇੱਕ ਗੱਲ ਹੋਰ, ਇਹ ਉਹਨਾਂ ਕੇਸਿਸ ਵਿੱਚ ਵੀ ਸਾਈਡ ਇਫੈਕਟ ਸ਼ੋ ਕਰ ਦਿੰਦੀ ਹੈ ਜਦੋਂ ਆਪਾਂ ਕੋਈ ਹੋਰ ਦਵਾਈ ਲੈ ਰਹੇ ਹੁੰਦੇ ਹਾਂ ਨਾਲ, ਜਦੋਂ ਸਾਨੂੰ ਲੱਗਦਾ ਕਿ ਅਸੀਂ ਕੋਈ ਹੋਰ ਦਵਾਈ ਦਵਾਈ ਲੈਂਦੇ ਹਾਂ, ਆਪਾਂ ਨਾਲ ਇਹਨੂੰ ਵੀ ਲੈ ਲੈਂਦੇ ਹਾਂ, ਤਾਂ ਫਿਰ ਉਹ ਆਪਸ 'ਚ ਕੌਂਟਰਾਇੰਡੀਕੇਸ਼ਨਸ ਹੋ ਜਾਂਦੀ ਹੈ, ਰਿਐਕਸ਼ਨ ਕਰ ਜਾਂਦੇ ਆ, ਫਿਰ ਉਹਦੇ ਨਾਲ ਸਰੀਰ 'ਤੇ ਐਲਰਜੀ ਹੋਣ ਦੇ ਵੀ ਚਾਂਸ ਰਹਿੰਦੇ ਆ। ਸੋ ਡਾਕਟਰ ਦੀ ਸਲਾਹ ਦੇ ਅਕੋਰਡਿੰਗ ਇਹਨੂੰ ਲਓ, ਡਾਕਟਰ ਨੂੰ ਦੱਸੋ ਕਿ ਅਸੀਂ ਪਹਿਲਾਂ ਇਹ ਦਵਾਈ ਵੀ ਲੈ ਰਹੇ ਹਾਂ, ਇਹ ਸਾਨੂੰ ਲੈਣੀ ਚਾਹੀਦੀ ਹੈ, ਕਦੋਂ ਲੈਣੀ ਚਾਹੀਦੀ ਹੈ, ਕਿੰਨੇ ਟਾਈਮ ਬਾਅਦ ਲੈਣੀ ਚਾਹੀਦੀ ਹੈ, ਉਸ ਅਕੋਰਡਿੰਗ ਇਹਨੂੰ ਲਓ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।